ਇਹਨਾਂ ਦਿਨਾਂ 'ਚ ਲਗਭਗ ਹਰ ਇੱਕ ਬੰਦੇ ਨੇ ਕਣਕ ਸਟੋਰ ਕਰਕੇ ਰੱਖਣੀ ਏ ਭਾਵੇਂ ਉਹ ਜ਼ਿੰਮੇਦਾਰ ਹੋਵੇ ਜਾਂ ਨਾ ਹੋਵੇ ਜਿਹੜੇ ਢੋਲ ਜਾਂ ਡਰਾਮ ਆਪਾਂ ਪਰ ਕੇ ਰੱਖਦੇ ਆਂ ਪੂਰੇ ਸਾਲ ਦੇ ਵਾਸਤੇ ਪੂਰਾ ਸਾਲ ਆਪਾਂ ਨੂੰ ਇਹ ਕਣਕ ਜਿਹੜੀ ਚਾਹੀਦੀ ਹੁੰਦੀ ਏ ਪਰ ਕਣਕ ਦੇ ਡਰਾਮਾਂ ਦੇ ਵਿੱਚ ਜਾਂ ਕਿਸੇ ਵੀ ਤਰੀਕੇ ਦੇ ਨਾਲ ਜਦੋਂ ਆਪਾਂ ਸਟੋਰ ਕਰਦੇ ਆਂ ਤੇ ਸਭ ਤੋਂ ਵੱਡੀ ਮੁਸੀਬਤ ਆਪਣੇ ਅੱਗੇ ਆਣ ਕੀ ਖਲੋਂਦੀ ਏ ਕੀੜੇ ਮਕੌੜੇ ਜਿਹੜੇ ਕਣਕ ਨੂੰ ਬੜੀ ਛੇਤੀ ਬਰਬਾਦ ਕਰ ਦਿੰਦੇ ਨੇ ਜਿਹੜੀ ਕਣਕ ਦੇ ਨਾਲ ਆਪਾਂ ਪੂਰਾ ਸਾਲ ਕੱਢਣਾ ਸੀ ਉਹ ਇੱਕ ਦੋ ਮਹੀਨਿਆਂ ਦੇ ਅੰਦਰ ਅੰਦਰ ਹੀ ਜਿਹੜੀ ਖਰਾਬ ਹੋ ਜਾਂਦੀ ਏ ਜੇਕਰ ਆਪਾਂ ਇਹਨਾਂ ਕੀੜੇ ਮਕੌੜਿਆਂ ਨੂੰ ਸੁਸਰੀ ਨੂੰ ਰੋਕਣ ਦੇ ਵਾਸਤੇ ਕਣਕ ਦੇ ਵਿੱਚੋਂ ਜ਼ਹਿਰ ਦੀ ਵਰਤੋਂ ਕਰਦੇ ਆ ਤਾਂ ਬਹੁਤ ਜ਼ਿਆਦਾ ਵੱਡੀ ਆਪਾਂ ਇੱਕ ਮੁਸੀਬਤ ਨੂੰ ਸੱਦਾ ਦਿੰਨੇ ਆ ਇਹਦੇ ਨਾਲੋਂ ਵੱਡੀ ਕੋਈ ਗਲਤੀ ਆਪਣੀ ਹੋਰ ਹੋ ਨਹੀਂ ਸਕਦੀ ਕਿਉਂਕਿ ਜਿਹੜੇ ਜ਼ਿਆਦਾਤਰ ਮਾਰਕੀਟ ਦੇ ਵਿੱਚ ਗੈਸ ਵਾਲੇ ਜ਼ਹਿਰ ਵਿਕਦੇ ਨੇ ਕਣਕ ਦੇ ਡਰੱਮਾਂ ਦੇ ਵਿੱਚ ਰੱਖਣ ਦੇ ਵਾਸਤੇ ਉਹ ਮਨੁੱਖੀ ਸਰੀਰ ਦੇ ਵਾਸਤੇ ਬੜੇ ਜ਼ਿਆਦਾ ਨੁਕਸਾਨਦਾਇਕ ਨੇ ਉਹ ਗੈਸ ਜਿਹੜੀ ਉਹਨਾਂ ਦੀ ਦਾਣਿਆਂ ਦੇ ਵਿੱਚ ਰਚ ਜਾਂਦੀ ਏ ਉਹ ਦਾਣੇ ਆਟਾ ਭਾ ਪਿਆ ਪਿਆ ਕੇ ਆਪਾਂ ਖਾਈ ਜਾਂਦੇ ਜਿਹਦੇ ਨਾਲ ਗੈਂਠੀਏ ਵਰਗੀਆਂ ਬਿਮਾਰੀਆਂ ਵਾਲ ਝੜਨੇ ਜਾਂ ਫਿਰ ਜੋੜਾਂ ਦੇ ਦਰਦ ਜਿਹੜੇ ਇਨਾਂ ਹੀ ਗੈਸ ਵਾਲੀਆਂ ਦਵਾਈਆਂ ਦੀ ਦੇਣ ਹੈ ਜਿਹੜੀਆਂ ਆਪਾਂ ਢੋਲ ਦੇ ਵਿੱਚ ਰੱਖਦੇ ਆਂ ਡਰਮਾਂ ਦੇ ਵਿੱਚ ਪਰ ਅੱਜ ਦੀ ਇਸ ਵੀਡੀਓ ਦੇ ਵਿੱਚ ਇੱਕ ਇਹੋ ਜਿਹਾ ਤਰੀਕਾ ਆਪਾਂ ਤੁਹਾਨੂੰ ਦੱਸ ਦਵਾਂਗੇ ਸਾਰਾ ਸਾਲ ਤੁਹਾਡੀ ਕਣਕ ਦਾ ਇੱਕ ਦਾਣਾ ਵੀ ਖਰਾਬ ਨਹੀਂ ਹੋਊਗਾ ਬਿਨਾਂ ਕਿਸੇ ਜ਼ਹਿਰ ਦੀ ਵਰਤੋਂ ਕੀਤੇ ਆਂ ਤੁਹਾਡੇ ਦਾਣੇ ਬਿਲਕੁਲ ਜ਼ਹਿਰ ਮੁਕਤ ਵੀ ਰਹਿਣਗੇ ਤੇ ਨਾਲ ਦੀ ਨਾਲ ਕੋਈ ਕੀੜਾ ਪਤੰਗਾ ਵੀ ਆਪਾਂ ਨੂੰ ਉਹਨਾਂ ਦਾਣਿਆਂ ਦੇ ਵਿੱਚ ਵੇਖਣ ਨੂੰ ਨਹੀਂ ਮਿਲੇਗਾ ਪੂਰਾ ਸਾਲ ਸੋ ਜਿਹਨਾਂ ਕਿਸਾਨਾਂ ਨੇ ਹਾਲੇ ਤੱਕ ਚੈਨਲ ਆਪਣਾ ਸਬਸਕ੍ਰਾਈਬ ਨਹੀਂ ਕੀਤਾ ਜ਼ਰੂਰ ਸਬਸਕ੍ਰਾਈਬ ਕਰਕੇ ਨਾਲ ਬਿੱਲ ਜਿਹੜੀ ਉਹਨੂੰ ਕਿਰਪਾ ਕਰਕੇ ਦਵਾ ਲਓ ਖਾਣ ਵਾਲੀ ਕਣਕ ਨੂੰ ਸਟੋਰ ਕਰਨ ਲੱਗੇ ਆ ਵੀ ਜੇਕਰ ਆਪਾਂ ਉਹਦੇ ਵਿੱਚ ਜ਼ਹਿਰ ਦੀ ਇੱਕ ਗੋਲੀ ਰੱਖ ਦਿੰਨੇ ਆ ਭਾਵੇਂ ਤੁਸੀਂ ਟਾਕੀ ਦੇ ਵਿੱਚ ਬੰਨ ਕੇ ਰੱਖਦੇ ਹੋ ਪਲਾਸਟਿਕ ਦੇ ਵਿੱਚ ਬੰਨ ਕੇ ਰੱਖਦੇ ਹੋ ਪਰ ਉਹਦੀ ਗੈਸ ਜਿਹੜੀ ਹੈ ਜੇਕਰ ਉਹ ਉਹਨਾਂ ਕੀੜੇ ਮਕੌੜਿਆਂ ਨੂੰ ਮਾਰ ਸਕਦੀ ਹੈ ਤਾਂ ਉਹ ਦਾਣਿਆਂ ਦੇ ਵਿੱਚ ਵੀ ਰਚਦੀ ਏ ਤੇ ਉਹਨਾਂ ਗੈਸ ਵਾਲੇ ਜ਼ਹਿਰਾਂ ਦੀ ਦੇਣ ਨੇ ਵੱਡੀਆਂ ਵੱਡੀਆਂ ਬਿਮਾਰੀਆਂ ਨੂੰ ਸੱਦਾ ਦੇਣਾ ਹੈ ਜੇਕਰ ਆਪਾਂ ਇਹਨਾਂ ਦਵਾਈਆਂ ਦੀ ਵਰਤੋਂ ਆਪਣੇ ਡਰਮਾਂ ਦੇ ਵਿੱਚ ਕਰਦੇ ਆ। ਸੋ ਕਣਕ ਨੂੰ ਸਟੋਰ ਕਰਨ ਤੋਂ ਪਹਿਲਾਂ ਤੁਸੀਂ ਦੋ ਤਿੰਨ ਨੁਕਤੇ ਜਿਹੜੇ ਉਹ ਵੀ ਜ਼ਰੂਰ ਯਾਦ ਰੱਖਿਓ ਜੇ ਉਹਦੇ ਤੋਂ ਬਾਅਦ ਦੇ ਵਿੱਚ ਤੁਹਾਨੂੰ ਮੈਂ ਫਾਰਮੂਲਾ ਦੱਸ ਦਾਂ ਜਿਹੜੇ ਨੁਕਤੇ ਨੇ ਉਹ ਫਾਰਮੂਲੇ ਦੇ ਨਾਲੋਂ ਵੀ ਜ਼ਿਆਦਾ ਵਧੀਆ ਨੇ ਤੇ ਫਾਰਮੂਲਾ ਨੁਕਤਿਆਂ ਦੇ ਨਾਲੋਂ ਜ਼ਿਆਦਾ ਵਧੀਆ ਏ। ਪਹਿਲੇ ਨੰਬਰ ਤੇ ਆਪਾਂ ਧਿਆਨ ਇਹਨਾਂ ਗੱਲਾਂ ਦਾ ਰੱਖਣਾ ਹੈ ਕਿ ਕਣਕ ਕਦੇ ਵੀ ਆਪਾਂ ਵੱਢਣ ਤੋਂ 48 ਘੰਟੇ ਦੇ ਅੰਦਰ ਅੰਦਰ ਡਰਮ ਦੇ ਵਿੱਚ ਨਹੀਂ ਪਾਉਣੀ ਘੱਟੋ ਘਾਟ 48 ਘੰਟੇ ਆਪਾਂ ਉਹਨਾਂ ਨੂੰ ਉਹਨੂੰ ਠੰਡੀ ਹੋਣ ਦੇਣਾ ਹੈ। ਠੰਡੀ ਹੋਣ ਤੋਂ ਬਾਅਦ ਦੇ ਵਿੱਚ ਧੁੱਪ ਲਵਾ ਕੇ ਉਸ ਕਣਕ ਨੂੰ ਆਪਾਂ ਡਰਮ ਦੇ ਵਿੱਚ ਪਾਉਣਾ ਹੈ ਕਣਕ ਸਿੱਲੀ ਸੁਲਾਬੀ ਵੀ ਨਹੀਂ ਹੋਣੀ ਚਾਹੀਦੀ ਤੇ ਜ਼ਿਆਦੀ ਗਰਮ ਵੀ ਨਹੀਂ ਹੋਣੀ ਚਾਹੀਦੀ ਮਸ਼ੀਨ ਦੇ ਵਿੱਚੋਂ ਨਿਕਲਣ ਤੋਂ ਬਾਅਦ ਦੇ ਵਿੱਚ ਉਹਨੂੰ ਆਪਾਂ ਠੰਡੀ ਜ਼ਰੂਰ ਕਰਨਾ ਹੈ ਤੇ ਸਭ ਤੋਂ ਜਿਹੜੀ ਵੱਡੀ ਗੱਲ ਹੈ ਉਹ ਇਹ ਹੈ ਕਿ ਆਪਾਂ ਕਣਕ ਨੂੰ ਸਾਫ਼ ਨਹੀਂ ਕਰਨਾ ਉਹਦੇ ਵਿੱਚੋਂ ਕੁੰਡੀਆਂ ਜਿਹੜੀਆਂ ਨੇ ਉਹ ਬਾਹਰ ਨਹੀਂ ਕੱਢਣੀਆਂ ਕਣਕ ਦੇ ਜਿਹੜੇ ਗੋਡੇ ਹੁੰਦੇ ਨੇ ਜਿਹੜੇ ਜੋੜ ਹੁੰਦੇ ਨੇ ਕੁੰਡੀਆਂ ਹੁੰਦੀਆਂ ਨੇ ਅਕਸਰ ਉਹ ਵਿੱਚ ਆ ਜਾਂਦੀਆਂ ਨੇ ਮਸ਼ੀਨ ਦੇ ਨਾਲ ਜਿਨ੍ਹਾਂ ਨੂੰ ਬਹੁਤੇ ਲੋਕ ਦੇਣੇ ਨੇ ਛਾਣ ਕੇ ਕਣਕ ਬਿਲਕੁਲ ਸਾਫ਼ ਕਰਕੇ ਡਰਮ ਦੇ ਵਿੱਚ ਪਾਉਂਦੇ ਨੇ ਪਰ ਇਹ ਆਪਣੀ ਬੜੀ ਜ਼ਿਆਦੀ ਵੱਡੀ ਗਲਤੀ ਹੁੰਦੀ ਏ ਉਹ ਕੁੰਡੀਆਂ ਜਿਹੜੀਆਂ ਨੇ ਉਹ ਸੁਸਰੀ ਨੂੰ ਡਰਮ ਦੇ ਵਿੱਚ ਆਉਣ ਤੋਂ ਰੋਕਦੀਆਂ ਨੇ ਤੇ ਨਾਲ ਦੀ ਨਾਲ ਜੇਕਰ ਤੁਹਾਡੇ ਦਾਣਿਆਂ ਦੇ ਵਿੱਚ ਕਿਤੇ ਥੋੜੀ-ਬਹੁਤੀ ਨਮੀ ਵੀ ਆਉਂਦੀ ਏ ਸਲਾਬੇ ਵਾਲੀ ਥਾਂ ਤੇ ਵੀ ਆਪਣਾ ਡਰਮ ਪਿਆ ਰਹਿੰਦਾ ਏ ਤਾਂ ਵੀ ਉਹ ਕੁੰਡੀਆਂ ਜਿਹੜੀਆਂ ਦਾਣਿਆਂ ਨੂੰ ਗਿੱਲੇ ਹੋਣ ਤੋਂ ਸਿੱਲੇ ਹੋਣ ਤੋਂ ਵੀ ਬਚਾ ਕੇ ਰੱਖਦੀਆਂ ਨੇ ਸੋ ਕੁੰਡੀਆਂ ਜਿਹੜੀਆਂ ਨੇ ਆਪਾਂ ਕਣਕ ਨੂੰ ਸਾਫ਼ ਕਰਕੇ ਡਰਮ ਦੇ ਵਿੱਚ ਨਹੀਂ ਪਾਉਣਾ ਬਿਲਕੁਲ ਵੀ ਇਹਦੇ ਨਾਲ ਦੋ ਤੁਹਾਨੂੰ ਫਾਇਦੇ ਹੋਣਗੇ ਪਹਿਲੇ ਨੰਬਰ ਤੇ ਸੁਸਰੀ ਤੁਹਾਡੇ ਦਾਣਿਆਂ ਦੇ ਲਾਗੇ ਨਹੀਂ ਆਵੇਗੀ ਦਾਣੇ ਸਲਾਬੇ ਨਹੀਂ ਜਾਣਗੇ ਤੇ ਦੂਸਰੇ ਨੰਬਰ ਤੇ ਆਪਣੀਆਂ ਮਾਈਆਂ ਜਿਹੜੀਆਂ ਨੇ ਬੀਬੀਆਂ ਨੇ ਉਹਨਾਂ ਦਾ ਲੱਕ ਵੀ ਦਰਦ ਨਹੀਂ ਹੋਊਗਾ ਉਹਨਾਂ ਨੂੰ ਕੋਈ ਦਰਦ ਵਾਲੀ ਗੋਲੀ ਵੀ ਨਹੀਂ ਖਾਣੀ ਪਊਗੀ ਸੀਸਾ ਦੇਣਗੀਆਂ ਤੁਹਾਨੂੰ ਸੋ ਇਹਦੇ ਤੋਂ ਬਾਅਦ ਦੇ ਵਿੱਚ ਜਿਹੜੇ ਨੁਕਤੇ ਆਪਾਂ ਵਰਤਨੇ ਨੇ ਡਰਮ ਦੇ ਵਿੱਚ ਕਣਕ ਨੂੰ ਪਾਉਣ ਦੇ ਸਮੇਂ ਤਿੰਨ ਚਾਰ ਚੀਜ਼ਾਂ ਆਪਾਂ ਲੈਣੀਆਂ ਨੇ ਦੇਸੀ ਬਿਲਕੁਲ ਕਿਸੇ ਜ਼ਹਿਰ ਦੀ ਆਪਾਂ ਵਰਤੋਂ ਨਹੀਂ ਕਰਨੀ ਪਹਿਲੇ ਨੰਬਰ ਤੇ ਡੱਬੀਆਂ ਲੈਣੀਆਂ ਨੇ ਆਪਾਂ ਤੀਲਾਂ ਵਾਲੀਆਂ ਉਹਦੇ ਨਾਲ ਆਪਾਂ ਲਸਣ ਲੈ ਲੈਣਾ ਹੈ ਹਰ ਇੱਕ ਕਿਸਾਨ ਦੇ ਘਰ ਦੇ ਵਿੱਚ ਹੁੰਦਾ ਹੈ ਉਹਦੇ ਤੋਂ ਬਾਅਦ ਦੇ ਵਿੱਚ ਆਪਾਂ ਲੈਣੇ ਆ ਕਲੀ ਦੇ ਡਲੇ ਜਾਂ ਫਿਰ ਢਿਲੇ ਕਲੀ ਜਿਹੜੀ ਸਫੈਦੀ ਆਪਾਂ ਕੰਧਾਂ ਦੇ ਉੱਤੇ ਫੇਰਨ ਦੇ ਵਾਸਤੇ ਵਰਤਦੇ ਆ ਇਹ ਜਿਹੜੀਆਂ ਤਿੰਨੇ ਚੀਜ਼ਾਂ ਨੇ ਲਗਭਗ ਕੁਆਂਟਲ ਕਣਕ ਪਾਉਣ ਤੋਂ ਬਾਅਦ ਦੇ ਵਿੱਚ ਇੱਕ ਦੋ ਡੱਬੀਆਂ ਵਿੱਚ ਛੁੱਟ ਦਿਓ 15 10 15 ਜਿਹੜੀਆਂ ਗੰਡੀਆਂ ਲਸਣ ਦੀਆਂ ਵਿੱਚ ਛੁੱਟ ਦਿਓ ਤੇ ਨਾਲ ਇੱਕ ਤੋਂ ਦੋ ਡਲੇ ਜਿਹੜੇ ਲਗਭਗ ਅੱਧਾ-ਅੱਧਾ ਕਿਲੋ ਦੇ ਕਲੀ ਦੇ ਵਿੱਚ ਸੁੱਟ ਦਿਓ ਕਣਕ ਦੇ ਇਹਦੇ ਨਾਲ ਤੁਹਾਡੀ ਕਣਕ ਸਲਾਬੇ ਤੋਂ ਵੀ ਬਚੇਗੀ ਤੁਹਾਡੀ ਕਣਕ ਸੁਸਰੀ ਤੋਂ ਵੀ ਬਚੇਗੀ ਢੋਰੇ ਤੋਂ ਕੀੜੇ ਮਕੌੜਿਆਂ ਤੋਂ ਤੁਹਾਡੀ ਕਣਕ ਜਿਹੜੀ ਬਚੀ ਰਹੂਗੀ ਬਿਨਾਂ ਕੋਈ ਜ਼ਹਿਰ ਦੀ ਵਰਤੋਂ ਕਰਨ ਤੇ ਇੱਕ-ਇੱਕ ਕਵਾਂਟਲ ਕਣਕ ਪਾਉਣ ਤੋਂ ਬਾਅਦ ਦੇ ਵਿੱਚ ਲਗਭਗ ਆਪਾਂ ਇੰਨੀ-ਇੰਨੀ ਕੁਆਂਟੀਟੀ ਦੇ ਵਿੱਚ ਜਿਹੜੀਆਂ ਚੀਜ਼ਾਂ ਉੱਤੇ ਪਾਈ ਜਾਣੀਆਂ ਨੇ ਤੁਸੀਂ ਭੋਲੀ ਜਾਓਗੇ ਕਿ ਕੀੜੇ ਮਕੌੜੇ ਵੀ ਕਿਤੇ ਸੁਸਰੀ ਵੀ ਤੁਹਾਡੀ ਕਣਕ ਦੇ ਵਿੱਚ ਆਉਂਦੀ ਹੁੰਦੀ ਸੀ ਇੱਕ ਗੱਲ ਦਾ ਜਿਹੜਾ ਸਭ ਤੋਂ ਜਿਆਦਾ ਪਾ ਧਿਆਨ ਰੱਖਣਾ ਕਿ ਸੁਲਾਬੀ ਕਣਕ ਜੇਕਰ ਆਪਾਂ ਕਿਤੇ ਡਰਮ ਦੇ ਵਿੱਚ ਪਾ ਦਿੱਤੀ ਉਹਨੇ ਹੁਣ ਖਰਾਬ ਨਹੀਂ ਹੋਣਾ ਉਹਨੇ ਸੌਣ ਭਾਦਰੋਂ ਦੇ ਵਿੱਚ ਜਾ ਕੇ ਤੁਹਾਡੀ ਕਣਕ ਜਿਹੜੀ ਸਾਰੀ ਖਰਾਬ ਹੋ ਜਾਣੀ ਹੈ ਆਪਾਂ ਜ਼ਰੂਰ ਕੋਸ਼ਿਸ਼ ਕਰਨੀ ਹੈ ਕਿ ਘੱਟ ਤੋਂ ਘੱਟ ਮਸ਼ੀਨ ਚੋਂ ਕਣਕ ਨਿਕਲਣ ਤੋਂ ਬਾਅਦ ਦੇ ਵਿੱਚ 48 ਘੰਟੇ ਆਪਾਂ ਉਹਨੂੰ ਧੁੱਪੇ ਜ਼ਰੂਰ ਸਿਕਾ ਲਈਏ ਸਿਕਾਉਣ ਤੋਂ ਬਾਅਦ ਦੇ ਵਿੱਚ ਛਾਵੇਂ ਠੰਡੀ ਰੱਖ ਕੇ ਉਸ ਕਣਕ ਨੂੰ ਆਪਾਂ ਡਰਮ ਦੇ ਵਿੱਚ ਪਾਈਏ ਜੇਕਰ ਤੁਸੀਂ ਇਹਨਾਂ ਗੱਲਾਂ ਦਾ ਧਿਆਨ ਰੱਖੋਗੇ ਤਾਂ ਤੁਹਾਡੀ ਕਣਕ ਦਾ ਇੱਕ ਦਾਣਾ ਵੀ ਜਿਹੜਾ ਕਦੇ ਖਰਾਬ ਨਹੀਂ ਹੋਊਗਾ ਸੋ ਇਹ ਜੜੀਆਂ ਜੜੀਆਂ ਗੱਲਾਂ ਮੈਂ ਤੁਹਾਨੂੰ ਦੱਸੀਆਂ ਨੇ ਇਹਨਾਂ ਦੀ ਤੁਸੀਂ ਵਰਤੋਂ ਕਰਕੇ ਵੇਖਿਓ ਜੇ ਇਸ ਵਾਰ ਤੁਹਾਨੂੰ ਬੜੇ ਕਮਾਲ ਦੇ ਰਿਜ਼ਲਟ ਜਿਹੜੇ ਵੇਖਣ ਨੂੰ ਮਿਲਣਗੇ ਆਪਣੇ ਡਰਮ ਦੇ ਵਿੱਚ ਜਿਹੜੀਆਂ ਚੀਜ਼ਾਂ ਵਰਤਿਓ ਤੇ ਖਾਸ ਕਰਕੇ ਕਣਕ ਨੂੰ ਸਾਫ਼ ਨਾ ਕਰਕੇ ਪਾਇਓ ਜੇ ਕੁੰਡੀਆਂ ਸਾਰੀਆਂ ਵਿੱਚ ਹੀ ਆਪਾਂ ਪਾ ਦੇਣੀਆਂ ਨੇ ਡਰਮ ਦੇ ਤੁਹਾਡਾ ਇੱਕ ਦਾਣਾ ਵੀ ਖਰਾਬ ਨਹੀਂ ਹੋਊਗਾ ਕਿਤੇ ਯਾਦ ਕਰਿਆ ਕਰੋਗੇ ਵੀਡੀਓ ਨੂੰ ਜ਼ਰੂਰ ਸ਼ੇਅਰ ਜ਼ਰੂਰ ਕਰਿਓ ਜੇ ਵੇਖਣ ਤੋਂ ਬਾਅਦ ਦੇ ਵਿੱਚ ਜਿੰਨਾ ਜ਼ਿਆਦਾ ਹੋ ਸਕੇ ਤੁਹਾਡੇ ਕੋਲੋਂ ਸ਼ੇਅਰ ਕਰਨ ਲਈ ਤਾਂ ਤੁਹਾਡਾ ਸਾਰਿਆਂ ਦਾ ਬੜਾ ਜ਼ਿਆਦਾ ਬਹੁਤ-ਬਹੁਤ ਧੰਨਵਾਦ